ਚਾਹੀਦੀ ਹੈ ਤੇ ਇਹਨਾਂ ਕੋਲ ਅਵੇਲੇਬਲ ਨੇ ਭਾਅ ਜੀ ਬਾਹਰੋਂ ਮਸ਼ੀਨ ਚੱਲ ਬਈ ਠੀਕ ਠਾਕ ਬਈ ਦੁਕਾਨ ਕਾ ਡਰੈਸ ਦੇ ਦੋ ਯਾਰ ਬੜਾ ਚੱਲ ਬਈ ਠੀਕ ਠਾਕ ਅਸਲਾਮ ਵਾਲੇਕੁਮ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਗਰਮੀ ਬੜੀ ਅਤੇ ਤੁਹਾਡਾ ਭਰਾ ਚੱਲਿਆ ਲਾਹੌਰ ਅਤੇ ਸਾਡੇ ਨਾਲ ਹੀ ਰਹਿਣਾ ਅੱਜ ਤੁਹਾਨੂੰ ਸਫ਼ਰ ਟਿਕਾਣੇ ਆ ਲਾਹੌਰ ਦਾ ਮੈਂ ਚੱਲਾਂ ਹਾਂ ਲਾਹੌਰ ਨੂੰ ਅਤੇ ਚਾਚਾ ਅੱਗੇ ਬੱਕਰੀਆਂ ਲੈ ਕੇ ਜਾ ਰਿਹਾ ਸੀ ਮੈਂ ਕਿਹਾ ਗਰਮੀ ਤਾਂ ਬੜੀ ਹੈ ਚਾਚਾ ਬੱਕਰੀਆਂ ਲੈ ਕੇ ਜਾ ਰਿਹਾ ਇਸ ਟਾਈਮ ਅਤੇ ਅਸੀਂ ਚੱਲ ਗਏ ਆਪਣੇ ਰੋਡ 'ਤੇ ਚੜ੍ਹ ਕੇ ਹੁਣ ਅਸੀਂ ਸਾਡਾ ਪੁਰਾਣਾ ਸਕੂਲ ਹੈ ਗੌਰਮਿੰਟ ਦਾ ਨਾਲ ਲੱਗਿਆ ਬੰਦ ਅਤੇ ਫਿਰ ਸਾਡਾ ਜੀ ਸ਼ਹਿਰ ਆ ਗਿਆ ਡਲਵਲੀ ਅਤੇ ਡਲਵਲੀ ਦੇ ਰੋਡ 'ਤੇ ਹੁਣ ਅਸੀਂ ਐਂਟਰ ਹੋ ਚੁੱਕੇ ਹਾਂ ਅਤੇ ਨਾਲ ਹੀ ਅੱਗੇ ਟਰੈਲੀਆਂ ਟਰੂਲੀਆਂ ਲੱਗੀਆਂ ਇੱਟਾਂ ਦੀਆਂ ਭਰੀਆਂ ਅਤੇ ਟਰੈਲੀਆਂ ਵਾਲਿਆਂ ਕੋਲ ਬਚ ਕੇ ਲੱਗਿਆ ਜਾਇਆ ਕਰੋ ਇਹ ਐਵੇਂ ਹੀ ਰਾਹ ਜਾਂਦੇ ਉੱਤੇ ਚੜ੍ਹ ਜਾਂਦੇ ਨੇ ਅਤੇ ਬਾਅਦ 'ਚੋਂ ਆਪ ਹੀ ਭੱਜ ਜਾਣਗੇ ਅਤੇ ਅਗਲੇ ਬੰਦੇ ਨੁਕਸਾਨ ਕਰ ਜਾਣਗੇ ਅਤੇ ਮੈਂ ਤਾਂ ਦੂਰੋਂ ਦੂਰੋਂ ਹੀ ਗੱਡੀ ਕੱਢਣਾ ਪਿਆ ਵਾਂ ਕਿਉਂਕਿ ਮੈਨੂੰ ਇਹਨਾਂ ਦਾ ਪਤਾ ਹੈ ਨਾ ਇੱਥੇ ਹੁਣ ਡਲਵਲੀ ਸਟੋਪ ਆ ਗਏ ਹਾਂ ਪੁਰਾਣੇ ਰੇਲਵੇ ਰੋਡ 'ਤੇ ਇਹ ਤੁਹਾਨੂੰ ਇਸ ਸਾਈਡ 'ਤੇ ਬੋਰਡ ਨਜ਼ਰ ਆ ਜਾਏਗਾ ਅਤੇ ਇਹਦੇ ਉੱਤੇ ਪਹਿਲੇ ਪੁਰਾਣੇ ਦੌਰ 'ਚ ਇੰਡੀਆ 'ਚ ਰੇਲ ਗੱਡੀ ਜਾਂਦੀ ਹੁੰਦੀ ਸੀ ਅਤੇ ਹੁਣ ਬੰਦ ਕਰ ਛੱਡੀ ਮਾਲਕਾਂ ਨੇ ਅਤੇ ਜਿਹੜੇ ਸਾਡੇ ਹੁਕਮਰਾਨ ਨੇ ਅਤੇ ਬਾਕੀ ਅਸੀਂ ਆ ਗਏ ਹਾਂ ਘੋੜਿਆਂ ਦੇ ਚੌਂਕ ਤਿੰਨ ਘੋੜੇ ਵਿਚਾਰੇ ਖਲੋਤੇ ਹੀ ਰਹਿੰਦੇ ਨੇ ਇੱਥੇ ਬਹਿੰਦੇ ਬੂੰਦੇ ਕੋਈ ਨਹੀਂ ਹੈ ਅਸੀਂ ਮੋਟਰ ਵੇ ਚੜ੍ਹਨ ਗਏ ਹਾਂ ਇਹ ਦੁਕਾਨ ਚੀਜ਼ਾਂ ਚੀਜ਼ਾਂ ਲਈਏ ਬਈ ਇਹ ਠੰਡਾ ਪਾਣੀ ਕੱਢਿਆ ਵੱਡੀ ਸਿਆਲਕੋਟ ਮੋਟਰਵੇ ਲਾਹੌਰ ਸਿਆਲਕੋਟ ਮੋਟਰਵੇ ਸਟਾਰਟ ਹੋ ਗਈ ਹੈ ਅਤੇ ਹੁਣ ਹੀ ਕੋਈ ਆਏਗਾ 2 ਕਿਲੋਮੀਟਰ ਬਾਅਦ ਟੂਲ ਪਲਾਜ਼ਾ ਕ੍ਰਾਸ ਕਰਾਂਗੇ ਅਤੇ ਅੱਗੇ ਜਾ ਕੇ 243 ਰੁਪਏ ਦੇਣੇ ਪਹਿਲਾਂ ਟੂਲ ਪਲਾਜ਼ਾ ਆ ਗਿਆ ਟੂਲ ਪਲਾਜ਼ਾ ਪਹਿਲੇ ਤਾਂ ਇਹਨਾਂ ਪੈਸੇ ਰੱਖੇ ਹੁੰਦੇ ਹੁਣ ਕੋਈ ਪੈਸਾ ਪੂਸਾ ਨਹੀਂ ਅਗਲੇ ਟੂਲ ਪਲਾਜ਼ੇ ਦੇਣਾ ਪੈਂਦਾ ਅਤੇ ਉੱਥੋਂ ਵਾਪਸੀ ਆਉਂਦਿਆਂ ਫਿਰ ਇਹਨਾਂ ਦੇ ਟੂਲ ਪਲਾਜ਼ੇ ਦੇ ਪੈਸੇ ਦੇਣੇ ਹੁੰਦੇ ਨੇ ਅਤੇ ਅਸੀਂ ਟੂਲ ਪਲਾਜ਼ਾ ਬਿਲਕੁਲ ਹਾਲੀ ਹੀ ਗਰਮੀ ਕਾਫੀ ਜ਼ਿਆਦਾ ਸੀ ਅਤੇ ਅਸੀਂ ਹੁਣ ਲੰਘ ਚੱਲੇ ਹਾਂ ਟੂਲ ਪਲਾਜ਼ੇ ਦਾ ਅਤੇ ਹੁਣ ਸਾਡਾ ਸਫ਼ਰ ਹੋ ਚੱਲਿਆ ਸਟਾਰਟ ਸਿਆਲਕੋਟ ਅਸੀਂ ਆ ਗਏ ਹਾਂ ਬਾਹਰ
ਬੜਾ ਢੂੰਡਣ ਦੇ ਬਾਵਜੂਦ ਵੀ ਨਾ ਤੇ ਤੁਹਾਨੂੰ ਸਾਨੂੰ ਲੱਭ ਹੀ ਗਿਆ। ਰਿੰਗ ਰੋਡ ਥੱਲੇ ਉਤਰਨੇ ਨਾਲ ਹੀ ਦਰੋਗਾਂ ਉੱਤੇ ਬੋਰਡ ਲੱਗਾ ਹੋਣਾ, ਉਤਲਾਏ ਆ ਤੇ ਨਾਲ ਹੀ ਭਾਅ ਜੀ ਸਾਨੂੰ ਮਾਰਕੀਟ ਲੱਭ ਗਈ ਅਤੇ ਹਰ ਦੁਨੀਆ ਦੀ ਚੀਜ਼ ਤੁਹਾਨੂੰ ਲੱਭੇਗੀ, ਮਸ਼ੀਨਾਂ ਜੁੱਤੀਆਂ ਜੋ ਤੁਹਾਨੂੰ ਲੈਣਾ ਹੋਏਗਾ ਤੂੰ ਹਰ ਚੀਜ਼ ਤੁਹਾਨੂੰ ਲੱਭ ਜਾਏਗੀ, ਬਰਤਨ ਵਗੈਰਾ ਰੀਜਨੇਬਲ ਪ੍ਰਾਈਜ਼ ਦੇ ਵਿੱਚ ਤੋਲ ਕੇ ਤੁਹਾਨੂੰ ਉਹ ਦੇਣਗੇ ਕਿਲੋਆਂ ਦੇ ਹਿਸਾਬ ਦੇ ਨਾਲ। ਅਤੇ ਅਸੀਂ ਤੁਹਾਨੂੰ ਅੰਦਰ ਦਾ ਵਿਜ਼ਿਟ ਕਰਾਉਂਦੇ ਹਾਂ, ਗੱਡੀ ਅਸੀਂ ਲਾਈਏ ਸਾਈਡ 'ਤੇ, ਹੁਣ ਅੰਦਰ ਜਾ ਕੇ ਵਿਜ਼ਿਟ ਕਰਾਉਂਦੇ ਹਾਂ। ਫਾਈਨਲੀ ਜੀ, ਮਜ਼ੀਦ ਵੇਟ ਕਰਨ ਤੋਂ ਬਾਅਦ ਤੁਹਾਡੇ ਭਰਾ ਨੂੰ ਮਾਰਕੀਟ ਲੱਭ ਹੀ ਗਈ ਹੈ, ਬੜੀ ਮੁਸ਼ਕਲ ਲੱਭੀ ਹੈ, ਡੇਢ ਦੋ ਘੰਟੇ ਦਾ ਸਫ਼ਰ ਕੀਤਾ ਹੈ ਅਤੇ ਹੁਣ ਅਸੀਂ ਆ ਗਏ ਹਾਂ ਇੱਥੇ ਅਤੇ ਅੰਦਰ ਚੱਲ ਲਿਆ ਤੁਹਾਨੂੰ ਨਾਲੇ ਬਹਾਨੇ ਦੁਕਾਨੇ ਅੰਦਰੋਂ। ਲਓ ਜੀ, ਬੱਚਿਆਂ ਦੇ ਖੇਡਣ ਵਾਸਤੇ ਬਾਸਕਿਟ ਵਗੈਰਾ ਅਤੇ ਇੱਥੇ ਪੁਰਾਣੇ ਜੱਗ ਵਗੈਰਾ ਪਏ ਨੇ, ਪਲੇਟਾਂ ਵੀ ਨੇ, ਨਵਾਂ ਮਾਲ ਆਇਆ ਇਹਨਾਂ ਦਾ ਅਤੇ ਪਲੇਟਾਂ ਵਗੈਰਾ ਇੰਪੋਰਟ ਹੋ ਕੇ ਆਉਂਦੀਆਂ ਨੇ, ਇੱਥੇ ਸਾਰਾ ਮਾਲ ਇੰਪੋਰਟ ਹੋ ਕੇ ਆਉਂਦਾ ਅਤੇ ਤੁਸੀਂ ਸਾਰਿਆਂ ਇੱਥੇ ਲਾਉਣਾ ਚੱਕਰ। ਐਡਰੈਸ ਵਗੈਰਾ ਮੈਂ ਮੈਨਸ਼ਨ ਕਰ ਦਾਂਗਾ। ਹਰ ਚੀਜ਼ ਜਿਹੜੀ ਨਾ ਗ੍ਰਾਮ ਦੇ ਹਿਸਾਬ ਦੇ ਨਾਲ ਹੈ, ਕਿਲੋ ਦੇ ਹਿਸਾਬ ਦੇ ਨਾਲ ਹੈ। ਜੇ ਬਰਤਨ ਵਗੈਰਾ ਲੈਣੇ ਤਾਂ ਉਹ ਕਾਫ਼ੀ ਅੱਛੇ, ਇੱਥੇ ਬਰਤਨ ਵਗੈਰਾ ਮਿਲ ਜਾਣਗੇ ਤੁਹਾਨੂੰ, ਚਮਚ ਵਗੈਰਾ ਜੋ ਵੀ ਤੁਸੀਂ ਕਿਚਨ ਦੀ ਵਰਾਇਟੀ ਜੋ ਵੀ ਲੈਣੀ ਹੈ ਸਾਰਾ ਕੁਛ ਮਿਲੇਗਾ ਤੁਹਾਨੂੰ। ਨੋਨ ਸਟਿਕ ਚਮਚ ਨੇ, ਛੁਰੀਆਂ ਛੁਰੀਆਂ ਹਰ ਕਿਸਮ ਦੀ ਚੀਜ਼ ਅਵੇਲੇਬਲ ਹੈ। ਇਲੈਕਟ੍ਰਿਕ ਚੀਜ਼ਾਂ, ਬਾਕੀ ਸਾਰਾ ਕੁਛ ਸਮਾਨ ਵਗੈਰਾ ਪਿਆ। ਸੌ ਰੁਪਏ ਗ੍ਰਾਮ ਨੇ, ਕੁਛ ਕੁਛ ਦੋ ਰੁਪਏ ਗ੍ਰਾਮ ਨੇ ਅਤੇ ਆਇਓ ਤੁਹਾਨੂੰ ਨੈਕਸਟ ਵੀ ਸਟੋਰ ਇਹਨਾਂ ਦੇ ਵਿਜ਼ਿਟ ਕਰਾਉਂਦੇ ਹਾਂ। ਪਾਰਟ ਟੂ ਦੇ ਲਈ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ।